ਅਸਲਾਮ ਅਲੈਕਮ ਜੀ ਵੈਲਕਮ ਹੋ ਗਿਆ ਪਿਜਨ ਕਾਰਨਰ ਚੈਨਲ ਚ ਦੋਸਤੋ ਖੁਸ਼ਾਮਦੀਦ ਹੋ ਗਿਆ ਦੇਖੋ ਜੀ ਭਾਜੀ ਸਾਕੀ ਭਾਈ ਇਨਸ਼ਾਅੱਲਾ ਜੀ ਐਨੀਮਲ ਪਲਾਨੀਟ ਆਪਣਾ ਐਨੀਮਲ ਦੇ ਰਿਲੇਟਡ ਹੈ ਨਾ ਆਪਣਾ ਚੈਨਲ ਤੇ ਆਪਾਂ ਅਲਹਮਦੁਲਿਲਾ ਹਰ ਕਿਸਮ ਦੀ ਮਤਲਬ ਕਿ ਇਹ ਐਨੀਮਲ ਦੇ ਰਿਲੇਟਡ ਜਿਹੜੀ ਵੀਡੀਓਜ਼ ਅਪਲੋਡ ਕਰੀਦੀ ਆ ਮੈਂ ਇੱਥੇ ਅੱਗੇ ਵੀ ਅੱਜ ਤੋਂ ਕਾਫੀ ਧੇਰ ਪਹਿਲੇ ਆਇਆ ਸੀਗਾ ਉਦੋਂ ਹਵਾ ਚੱਲਦੀ ਸੀ ਵੀਡੀਓ ਬਣਾਈ ਸਵਾਦ ਹੀ ਨਹੀਂ ਆਇਆ ਮੁੰਨੂ ਵੀ ਨਹੀਂ ਸਵਾਦ ਆਇਆ ਲਾਉਣ ਦਾ ਲੇਕਿਨ ਇਨਸ਼ਾਅੱਲਾ ਜੀ ਭਾਜੀ ਰਹਿਮਾਨ ਸਾਹਿਬ ਨੇ ਇਸ ਇਹ ਹੈਗਾ ਜੀ ਆਪਣਾ ਇਹ ਕਿਹੜਾ ਇਲਾਕਾ ਬਲਕ ਕਲੂਰਕੋਟ ਕਲੂਰਕੋਟ ਤਹਿਸੀਲ ਕਲੂਰਕੋਟ ਡਿਸਟ੍ਰਿਕਟ ਬੱਕਰ ਡਿਸਟ੍ਰਿਕਟ ਬੱਕਰ ਬੱਕਰਾੜੀ ਸਾਈਡ ਤੇ ਮਾਸ਼ਾਅੱਲਾ ਜੀ ਇਹਨਾਂ ਦੇ ਘੋੜੇ ਯਾਰ ਮੈਂ ਉਦੋਂ ਵੀ ਦੇਖੇ ਸੀਗੇ ਵਾਈਟ ਕਲਰ ਦੇ ਬਹੁਤ ਪਿਆਰੇ ਘੋੜੇ ਸੀਗੇ ਬੇੜੇ ਸਾਈਡ 'ਤੇ ਰੋ ਇਹ ਦੇਖੋ ਘੋੜੀ ਆ ਲਾਲ ਇਹਦੀ ਮਾਂ ਨਾ ਜੀ ਇਹਦੀ ਮਾਂ ਇਹਦੀ ਮਾਂ ਵਾ ਤੇ ਇਹ ਉਹਨੇ ਚਿੱਟਾ ਬੱਚਾ ਮਾਸ਼ਾਅੱਲਾ ਕੱਢੇ ਦਾ ਪਿਓ ਚਿੱਟਾ ਵਾ ਬਾਪ ਇਹਦਾ ਵਾਈਟ ਆ ਇਹ ਵੀ ਘੋੜੀ ਨਿਕਲੀ ਮਾਸ਼ਾਅੱਲਾ ਬੀਲੂ ਅੱਖਾਂ ਦੀ ਦੇਖੋ ਮਾਸ਼ਾਅੱਲਾ ਘੋੜੀ ਇਹ ਕੋ ਖਾਸ ਨਸਲ ਜਿਹੜੀ ਆ ਘੋੜੀ ਤੁਹਾਡੀ ਕੋਈ ਹੈ ਕੋ ਇਹ ਵਰ ਦੇ ਦੇਸੀ ਦੌੜ ਦੌੜ ਵਾਲੀ ਆ ਇਹ ਜੇ ਦੌੜ ਲੇ ਦਬਾਰੇ ਆ ਅੱਛਾ ਨਿਜ਼ਾਬਾਜ਼ੀ ਵਾਲੀ ਆ ਇੱਥੇ ਹੋਈ ਹੈ ਨਿਜ਼ਾਬਾਜ਼ੀ ਕਿ ਨਹੀਂ ਨਹੀਂ ਘੋੜੀਆਂ ਤੇ ਘੋੜੇ ਘੋੜਿਆਂ ਤੇ ਹੁੰਦੀ ਆ ਘੋੜਿਆਂ ਤੇ ਤਾਂ ਘੋੜੀਆਂ ਤੇ ਨਹੀਂ ਕਰਦੇ ਹੁੰਦੇ ਨਾ ਘੋੜੀਆਂ ਤੇ ਅੱਛਾ ਘੋੜੀਆਂ ਸਿਰ ਰੇਸ ਚ ਦੜਾ ਲੈਂਦੇ ਹੁੰਦੇ ਨਾ ਅਸਲ ਸਾਡੇ ਇਲਾਕੇ ਦੀ ਘੋੜੀ ਇਥੇ ਫਿਰ ਬੱਚਾ ਹਸਤੇ ਹੁੰਦੇ ਅੱਛਾ ਅੱਛਾ ਤੁਹਾਡੇ ਇਲਾਕੇ ਲੇਕਿਨ ਵੈਸੇ ਵੀ ਘੋੜੀਆਂ ਦੌੜ ਰੇਸ ਚ ਭਜਉਂਦੇ ਹਾਂਜੀ ਇਹ ਮਾਸ਼ਾਅੱਲਾ ਘੋੜੀ ਸੀਗੀ ਆ ਇਹਦਾ ਬੱਚਾ ਵਾ ਇਹਨਾਂ ਕੋ ਹਣਾ ਮਜ਼ੀਦ ਵਾਈਟ ਕਲਰ ਦੇ ਹਾਰਸ ਬੜੇ ਪਿਆਰੇ ਆ ਮੈਂ ਤੁਹਾਨੂੰ ਦਿਖਾਉਣਾ ਦੇਖਿਓ ਕੈਸੇ ਕੈਸੇ ਘੋੜੇ ਇਹ ਜੀ ਇਹ ਦੇਖੋ ਮਾਸ਼ਾਅੱਲਾ ਜੀ ਅੱਲਾਹ ਤਾਲਾ ਨਜ਼ਰ ਬਾਤੋ ਵਿੱਚ ਇਧਰ ਵਾਲਾ ਘੋੜਾ ਅੱਛਾ ਵਾਹ ਇਹ ਵੀ ਘੋੜੀ ਆ ਦੇਖੋ ਇਹਦੇ ਕੰਨ ਤੇ ਕੀ ਬਾਤ ਆ ਜੀ ਕੀ ਬਾਤ ਆ ਇਹ ਫੀਮੇਲ ਆ ਜੀ ਇਹ ਫੀਮੇਲ ਹਾਂਜੀ ਇਹ ਘੋੜੀ ਆ ਜੀ ਮਾਸ਼ਾਅੱਲਾ ਵਾਹ ਜੀ ਵਾਹ ਇਹ ਸਿਰਫ ਬਰੀਡ ਦੀ ਤੁਸੀਂ ਰੱਖੀ ਨਸਲ ਬਣਾ ਦੇ ਨਸਲ अच्छा अच्छा दे 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 दे, दे दे। दे। दे दे। अच्छा ते इनदे बच्चे बूचे ਤੁਸੀਂ ਆਪ ਹੀ ਰੱਖਦੇ ਜਾਂ ਦੋਸਤਾਂ ਨੂੰ ਦੇ ਦਿੰਦੇ ਨੇ ਸੇਲ ਆਊਟ ਕਰਦੇ ਸੇਲ ਕਰ ਦਿੰਦੇ ਅੱਛਾ ਇਹ ਘੋੜੀ ਆ ਜੀ ਇਹ ਘੋੜਾ ਬੜਾ ਮਾਸ਼ਹਰਤ ਚਾਤਰ ਘੋੜਾ ਹੈ ਭਾਜੀ ਇਹਨਾਂ ਦੇ ਮਤਲਬ ਕਿ ਮਾਂ-ਬਾਪ ਕੋ ਐਸੀ نسل ਆ ਕਿ ਜਿੱਤੇ ਆ ਰੇਸਾਂ ਜਾਂ ਕੀ ਮਤਲਬ ਆ ਜਾਂ ਕੋਈ ਖਾਸ نسل ਆ ਇਹ ਅੱਛਾ ਇਹ ਸਿਰਫ ਖੂਬਸੂਰਤੀ ਦੇ ਸਿਰ ਤੇ ਹੀ ਆ ਕੁਕੁ ਗਏ ਖਾਸ ਨਸਲ ਹੁੰਦੀਆਂ ਜਿਹੜੀਆਂ ਕੋ ਦੋੜਾਂ ਜੀ ਵੀ ਬੜੇ ਕਾਰਨਾਮੇ ਕੀਤੇ ਹੁੰਦੇ ਜਾਂ ਕਿਸੇ ਐਸੇ ਮਾਂ ਪਿਓ ਦੀ ਨਸਲ ਹੁੰਦੀ ਕੋ ਬਹੁਤ ਮਹਿੰਗੀ ਹੁੰਦੀ ਹੈ ਇਹ ਵਾਹ ਦੇਖੋ ਮਾਸ਼ਾ ਅੱਲਾਹ ਗੁਲਾਬੀ ਅੱਖਾਂ ਗੁਲਾਬੀ ਨੋਜ਼ ਉਹ ਘੋੜੇ ਦੇ ਵੀ ਇਹੀ ਸੇਮ ਤੀ ਇਹਨਾਂ ਦਾ ਬੱਚਾ ਨਹੀਂ ਹਜੇ ਲਿਆ ਕੋਈ

अच्छा 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 तिनਾਂ ਦੀ ਮਾਂ ਉਹ ਹੀ ਆ ਤੁਸੀਂ ਘੋੜਾ ਇਹਦਾ ਕਿਤੇ ਬਾਹਰੋਂ ਮਿਲਾ ਕੇ ਲਿਆ ਮਿਲਾ ਕੇ ਲਿਆ ਘੋੜਾ ਇਹਨਾਂ ਤਿੰਨਾਂ ਦਾ ਇੱਕੋ ਬਾਪ ਹੀ ਬਾਪ ਹੀ ਕੋਈ ਆ ਫਿਰ ਬਾਪ ਚ ਕੋ ਕੁਆਲਿਟੀ ਹੋਏਗੀ ਨਾ ਬਿਲਕੁਲ ਕੁਆਲਿਟੀ ਤੇ ਹਾਂ ਤੁਸੀਂ ਇੰਨੀ ਦੂਰ ਜਾਂਦੇ ਮਾਸ਼ਾਅੱਲਾ ਮਾਸ਼ਾਅੱਲਾ ਇਹ ਨਸਲ ਆ ਜੀ ਇਹਨਾਂ ਨੇ ਮਾਸ਼ਾਅੱਲਾ ਰੱਖੀ ਘੋੜਿਆਂ ਦੀ 5000 ਰੁਪਏ ਮਿਲਾਈ ਗਿੰਦੇ ਨੇ ਅੱਛਾ 5000 ਰੁਪਏ ਸਿਰਫ ਘੋੜੇ ਨੂੰ ਘੋੜੀ ਨਾਲ ਮਲਾਉਣ ਦਾ ਲੈਂਦੇ ਅਗਲੇ ਅੱਗੇ ਲਾ ਲੋ ਸਾਹਿਬ ਵੈਸੇ ਬੱਚਾ ਮਤਲਗਾਮ ਦਿਨਾਂ ਜੀ ਤੁਸੀਂ ਕਿੰਨੀ ਦੇਰ ਦਾ ਬੱਚਾ ਸੇਲ ਕਰ ਦਿੰਦੇ ਜੇ ਕੋਈ ਲੈਣਾ ਲਵੇ ਉਹ ਜਿਹੜਾ ਅੱਲਾ ਖੜੇ ਉਹ 13 ਲੱਖ ਦਾ ਨਾ 13 ਲੱਖ ਲੱਗ ਗਿਆ ਇਹ 13 ਲੱਖ ਮਾਸ਼ਾਅੱਲਾ ਮਾਸ਼ਾਅੱਲਾ ਤੇ ਅਸਾ ਕਾਹਦੇ ਤੇ ਇਹਦਾ ਮਤਲਬ ਹੁਣ ਉਹ ਜਿਹੜਾ ਛੋਟਾ ਬੱਚਾ ਵਾ ਉਹ ਕਿੰਨੀ ਦੇਰ ਦਾ ਵਾ ਉਹ ਇਹ ਤਕਰੀਬਨ 2 ਮਹੀਨੇ ਦਾ 2 ਮਹੀਨੇ ਦਾ ਅਗਰ ਉਹ ਕੋ ਲੈਣਾ ਚਾਹਵੇ ਤਾਂ ਕਿੰਨੇ ਇੱਕ ਦਾ ਮਤਲਬ ਆ ਆਈਡੀਆ ਕੁ ਵੈਸੇ ਉਹ ਮੁxtਲਫ ਹੁੰਦੇ ਸਾਈ ਹੁਣ ਅਸਾ ਤੋਂ ਬੇਚਣੀ ਨਹੀਂ ਹਾਂ ਨਹੀਂ ਵੇਚਣੀ ਮੈਂ ਕੁਛ ਹੋ ਕਿਹਾ ਵੰਜੇ ਤਾਂ ਲੈ 4-5 ਲੱਖ ਦੀ ਤੋ ਹੀ ਅੱਛਾ ਮਾਸ਼ਾਅੱਲਾ ਵਾਹ ਵੈਰੀ ਗੁੱਡ ਲਓ ਜੀ 12 ਲੱਖ 13 ਲੱਗੇ 12 ਲੱਖ ਮਾਸ਼ਾਅੱਲਾ 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 ਲੋ ਸਾਰੇ ਇਹ ਦੇਖ ਲੋ ਇਹ ਹਾਰਸ ਪਾਵਰ ਘੋੜਿਆਂ ਦੀਆਂ ਖੂਬਸੂਰਤੀਆਂ ਤੇ ਇਹ ਘੋੜੇ ਮਾਸ਼ਾਅੱਲਾ ਵਾਈਟ 골ਡ ਸਿਨੈਰੀ 골ਡ ਪਾਕਿਸਤਾਨ ਦੇ ਆਪਣੇ ਇਹ ਡੇਰਾ ਵਾਜੀ ਇਹ ਆਪਣੇ ਅਬਦੁਲ ਰਹਿਮਾਨ ਭਾਈ ਨੂਰ ਨੂਰ ਜ਼ਮਾਨ ਭਾਈ ਮੈਂ ਤੁਹਾਡਾ ਅਬਦੁਲ ਰਹਿਮਾਨ ਚ ਨਾਮ ਸੇਵ ਕੀਤਾ ਨਹੀਂ ਨਹੀਂ ਨੂਰ ਜ਼ਮਾਨ ਭਾਈ ਨੇ ਸਰ ਨੂਰਦਾਨ ਜ਼ਮਾਨ ਭਾਈ ਕੋ ਅੱਗੇ ਵੀ ਨੂਰ ਜ਼ਮਾਨ ਝੁੰਝ ਹਾਂਜੀ ਇਹ ਬਰਾਦਰੀ ਆ ਕੋਈ ਹਨਾ ਤੇ ਠੀਕ ਹੋ ਗਿਆ ਜੀ ਅਸਲਾਮੁਅਲੈਕਮ ਇਹਾਲੇ ਬਾਜੀ ਠੀਕ ਹੋ ਆ ਲੋ ਜੀ ਕੈਮਰ ਵੀ ਹੈ ਡੇਰੇ ਦੀ ਐਨ ਜੁਆਇਮੈਂਟ ਸਾਰਾ ਘੋੜੇ ਦਾ ਮੈਂ ਵਾਈਟ ਦਿਖਾਤੇ ਇਹ ਦੇਖੋ ਘੋੜੀ ਲਟਣ ਦੇ ਘੋੜਾ ਘੋੜੀ ਹੈ ਇਹ ਐ ਇਹ ਲੋ ਜੀ ਦੇਖੋ ਜੀ ਸ਼ੌਕ ਸਾਨੂੰ ਵੀ ਬੜਾ ਵਾ ਲੇਕਿਨ ਗੱਲ ਹੈਗੀ ਹੈ ਕਿ ਆਪਣੇ ਸੋਰਸ ਦੇਖਣੇ ਪੈਂਦੇ ਆ ਮੇਰਾ ਖਿਆਲ ਜਾਨਵਰਾਂ ਚ ਸਭ ਤੋਂ ਮਹਿੰਗਾ ਸ਼ੌਕ ਘੋੜਿਆਂ ਦਾ ਹੀ ਆ ਕਿ ਨਹੀਂ ਨੂਰ ਬਾਈ ਸਭ ਤੋਂ ਮਹਿੰਗਾ ਸ਼ੌਕ ਹੈ ਹੌਰਸ ਦਾ ਵਾ ਇਹਨੂੰ ਸੰਭਾਲ ਇਹਨਾਂ ਦੀ ਨੂਜ਼ਮਾਨ ਭਾਈ ਇਹਨਾਂ ਨੂੰ ਕੋਈ ਬਿਮਾਰੀ ਖਾਸ ਵੀ ਲੱਗਦੀ ਹੁੰਦੀ ਜੇ ਚੇ ਜ਼ਾਇਆ ਹੋ ਜਾਂਦੇ ਆ ਇਹ ਖਾਸ ਇੱਕ ਤਾਂ ਇਹਨੇ ਦੇ ਇਹਨੇ ਖਾਣ ਪੀਣ ਦਾ ਇhtiyat ਕਰਨਾ ਇਹਨੇ ਦੇ ਪੇਟ ਦੇ ਵੀ ਜਿਹੜਾ ਨਾ ਬੰਦ ਗਿਆ ਬਣਵੇਂ ਤੇ ਇਹਨੇ ਦੀ ਲੇਡ ਜੜੀਓ ਬੰਦ ਹੋਵੈਂਦੀ ਹਮਮ ਬਹੁਤ ਮਿਸਾਲੇ ਦੇ ਦਵਾਈ ਨਹੀਂ ਤੂੰ ਅਕਸਰ ਇਸ ਨਾਲ ਮਾਰਵੈਂ ਕਬਜ਼ਦੀ ਵਈ ਹੈ ਨਾ ਕਬਜ਼ਦੀ ਤੇ ਇਹਨੂੰ ਮਤਲਬ ਕਿ ਡੇਲੀ ਦਾ ਖਰਚਾ ਇੱਕ ਘੋੜੇ ਦਾ ਕਿੰਨਾ ਕੁ ਹੁੰਦਾ ਅੰਦਾਜ਼ੇ ਨਾਲ ਇਹ ਤਾਂ ਦਿਖਾ ਲੈ ਨਹੀਂ ਕੀਤਾ ਆਪਣੀ ਮਰਜ਼ੀ ਆ ਤੁਸੀਂ ਜਿੰਨਾ ਵਧਾ ਲਓ ਮਤਲਬ ਕਿ ਖਾਸ ਉਦਾਂ ਚਾਰਾ ਚੂਰਾ ਹੀ ਪੁੰਦੇ ਜ਼ਿਆਦਾ ਚਾਰੇ ਪੀਂਦੇ ਨੇ ਢਾਲਾ ਵੀ ਪੀਂਦੇ ਢਾਲਾ ਵੀ ਪੀਂਦੀ ਆ ਦਾਣਾ 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 ਗੁੱਡ 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 ਦੇਖੋ ਹਜੇ ਕੋੜਾ ਜੋਬਨ ਦੀ ਨਹੀਂ ਖਲੋਤਾ ਯਕੀਨ ਕਰੋ ਆਪਾਂ ਨੂੰ ਲਾਸਟ ਟਾਈਮ ਅਸੀਂ ਆਏ ਸੀਗੇ ਕੋੜਾ ਖੜਾ ਸੀਗਾ ਇਹ ਦੂਰੋਂ ਹੀ ਚਾਰੇ ਲੱਤਾਂ ਬਣੀ ਉਹ ਉੱਥੇ ਬੱਜਾ ਸੀ ਇਹ ਉਹੀ ਹੈ ਨਾ ਇਹ ਨਹੀਂ ਉਹ ਨਹੀਂ ਇਹ ਹੋਰ ਹੈ ਉਹ ਦੇਤਾ ਇਹ ਪਿਛਲੇ ਸਾਲ ਤੋਂ ਤਾਂ ਹੈ ਤੇ ਉਸਨੇ ਇਸ ਜਿੱਤਨਾ ਬੱਚਾ ਅੱਛਾ 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 ਇਹਦੇ ਜਿੱਡਾ ਬੱਚਾ ਮਾਸ਼ਾਅੱਲ ਉਹ ਹੋ ਰਿਹਾ ਜਿਹੜਾ ਉੱਤੇ ਹਾਂ ਹਾਂ ਉਹ ਦੇਤਾ ਉਹ ਚਾਦਾ ਲੱਗਦੇ ਵਿੱਚ ਤਾਂ ਮਾਸ਼ਾਅੱਲਾ ਮਾਸ਼ਾਅੱਲਾ ਤੇ ਨੂਰਦੀਨ ਭਾਈਆ ਤੁਹਾਡਾ ਸ਼ੌਕ ਹੈ ਜਾਂ ਹੋਰ ਵੀ ਮੇਰੇ ਮੇਰੀ ਇਹ ਮੇਰੇ ਹੋਰ ਭਾਈ ਇਹਨੂੰ ਅੱਛਾ ਆਪਣੇ ਦੋਸਤ ਅਖਬਾਬ ਨੇ ਰਿਸ਼ਤੇਦਾਰ ਨੇ ਸਾਰੇ ਨਾਲ ਮਿਲ ਕਸ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਡੇਰੇਦਾਰੀ ਆ ਜੀ ਇਹਨਾਂ ਦੀ ਸਾਰੀ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਆ ਤੇ ਮੈਨੂੰ ਬੜਾ ਹੀ ਚਾਹ ਸੀਗਾ ਮੈਂ ਇੱਧਰ ਇਲਾਕੇ 'ਚ ਆਇਆ ਹਾਂ ਤੇ ਮੇਰਾ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਮੈਂ ਭਾਈ ਹੁਣਾਂ ਦੇ ਨੂਰ ਜ਼ਮਾਨ ਭਾਈ ਦੇ ਘੋੜੇ ਜਾ ਕੇ ਦੇਖਾਂ ਬਸ ਇੱਕ ਸ਼ੌਕ ਹੁੰਦਾ ਬੰਦੇ ਦਾ ਜੀ ਤੁਸੀਂ ਵੀ ਦੇਖੋ ਇੱਕ ਹੌਰਸ ਭਾਈ ਹੁਣੀ ਖੋਲ ਕੇ ਲੈ ਚੱਲੇ ਆ ਤੇ ਇਹ ਤਾਂ ਹਜੇ ਮਿੱਟੀ 'ਚ ਬੈਠੇ ਆ ਜਦੋਂ ਇਹ ਬਾਤ ਧੋਤੇ ਹੋਣਾ ਨਾ ਯਕੀਨ ਕਰੋ ਇਹ ਘੋੜ ਪੂਰਾ ਗੁਲਾਬੀ ਨਜ਼ਰ ਆਉਂਦਾ ਔਰ ਪਤਾ ਲੱਗਦਾ ਕੋਈ ਚੀਜ਼ ਆ ਦੇਖੋ ਤਾਂ ਇੰਜੋਏ ਕਰੋ ਸਰ ਹਾਂ ਮਾਸ਼ਾਅੱਲਾ ਇਤੋਂ ਚਮਕੰਦੇ ਆ ਇਹਨਾਂ ਦੇ ਚਿਹਰੇ ਆ ਗੁਲਾਬੀ ਰੰਗ ਦੇ ਤਾਂ ਮਾਸ਼ਾਅੱਲਾ ਇਹ ਵਾਲ ਕੱਟਿਆ ਗਏ ਨੇ ਤੇ ਹੁੰਦੀ ਏ ਡੇੜੇ ਇਹ ਇਸ ਨੂੰ ਥੋੜ੍ਹਾ ਜਿਹਾ ਅੱਗੇ ਬੱਚਾ ਆਇਆ ਉਹ ਹੋਰ ਘੋੜਾ ਸਾਡੇ ਕੋਲ ਆਇਆ ਉਹ ਇਹ ਚੱਕ ਨਾਲੀ ਦੇ ਹਾਂ 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 ਲੜਦੇ ਹਾਂ ਖੇਡਦੇ ਸਹੀ 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 ਮਾਸ਼ਾਅੱਲਾ ਇਹ ਵੀ ਹੁਣ ਗਾਂ ਘੋੜੀ ਸੂਈ ਤੋਂ ਨੇ ਘੋੜੀ ਦਿੱਤੀ ਮਾਸ਼ਾਅੱਲਾ ਅੱਛਾ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਮਤਲਬ ਕਿ ਘੋੜੀਆਂ ਦਾ ਹੁੰਦਾ ਕਿ ਘੋੜਿਆਂ ਦਾ

ਕਿਆ ਬਾਤ ਹੈ ਜੀ ਇਹ ਤਾਂ ਬਾਜੀ ਆਊਟ ਕਲਾਸ ਕੇ ਸਮ ਦੇ ਜਨਾਬ ਤੇ ਪਿਜਨ ਕਾਰਨਰ ਚੈਨਲ ਦੇ ਵਿੱਚ ਦੋਸਤੋ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਐਡਾ ਮਸਤ ਲਗੇ ਅਪਰੀਸ਼ੀਏਟ ਕਰਦੇ ਦੋਸਤਾਂ ਨੂੰ ਤੇ ਤੁਹਾਡੀ ਖਾਤਰ ਹੀ ਦੋਸਤੋ ਗੱਲ ਹੈਗੀ ਸਿੱਧੀ ਜਈ ਅਸੀਂ ਹੈਗੇ ਆ ਪ੍ਰਿੰਦਿਆਂ ਦਾ ਸ਼ੌਕ ਕਰਨੇ ਬਰਡਸ ਦਾ ਠੀਕ ਆ ਨਾਲ ਨਾਲ ਇਹਨਾਂ ਹੋਰਾਂ ਦਾ ਵੀ ਸ਼ੌਕ ਕੀਤਾ ਵਾ ਤੇ ਮਜ਼ਾ ਹੁੰਦਾ ਵਾ ਦਿਲ ਤੋਂ ਬੜਾ ਕਰਦਾ ਬੰਦਾ ਰੱਖੇ ਲੇਕਿਨ ਇਹਦੇ ਲਈ ਬਹੁਤ ਜ਼ਿਆਦਾ ਸੋਰਸ ਚਾਹੀਦੇ ਆ ਭਾਈ ਹੁਣਾਂ ਦੱਸਿਆ ਮਾਸ਼ਾ ਅੱਲਾਹ ਇਹ ਹੁਣ ਛੋਟੀ ਜੀ ਘੋੜੀ ਆ ਬੱਚਾ ਵਾ ਇਹ ਤਿੰਨ ਤੋਂ ਚਾਰ ਮਹੀਨੇ ਦਾ ਵਾ ਇਹ ਵੀ ਅਗਰ ਕਿਸੇ ਨੇ ਕੋਈ ਮਤਲਬ ਕਿ ਸ਼ੌਕ ਲਈ ਰੱਖਣਾ ਚਾਰ ਤੋਂ ਪੰਜ ਲੱਖ ਰੁਪਏ ਦੀ ਮਾਸ਼ੱਲਾ ਘੋੜੀ ਜਾਂ ਪੱਠੀ ਠੀਕ ਹੈ ਜੀ ਤੇ ਅੱਲਾ ਖੈਰ ਕਰੇ ਅੱਲਾ ਤਾਲਾ ਨੇ ਤੇ ਨਸੀਬਾਂ ਹੀ ਕਰੇ ਸਿਹਤ आले ਕਰਨ ਤੰਦਰੁਸਤ ਕਰੇ ਅੱਲਾ ਤਾਲਾ ਬਰਾਵੇਂ ਇਹਨਾਂ ਨੂੰ ਭਾਜੀ ਗਰਮੀ ਤੋਂ ਬਚਾਉਣਾ ਪੈਂਦਾ ਜਾਂ ਸਰਦੀ ਤੋਂ ਇਹ ਇਹ ਇਹਨਾਂ ਦੀ ਜਿਵੇਂ ਇਨਸਾਨ ਦੀ ਤਬੀਅਤ ਹੈ ਤਬੀਅਤ ਇਸ ਤਰ੍ਹਾਂ ਇਹ ਇਨਸਾਨਾਂ ਨਾਲ ਹਾਂ ਠੀਕ ਠੀਕ ਹਾਂ ਬੁਝਾਉਣਾ ਪਉਂਦੇ ਸਰਦੀ ਤੋਂ ਹਾਂ ਬਹੁਤ ਹੀ ਤੋਂ ਬਹੁਤ ਸ਼ੁਕਰੀਆ ਜੀ ਨੂਰ ਜ਼ਮਾਨ ਭਾਈ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਅੱਲਾ ਫਿਰ ਜਜ਼ਾਕਲਾ ਦੁਆਵਾਂ ਬਖਸ਼ੇ ਮੇਰੇ